ਕੱਲ ਅਸੀਂ ਸਾਡੀ ਜਿਹੜੀ ਵਿਰਾਸਤ ਆ, ਖਾਸ ਤੌਰ 'ਤੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਾਸਤ, ਇਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਜਾਂ ਕਹਿ ਲਓ ਕਿ ਮੁੜ ਸੁਰਜੀਤੀ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਔਰ ਉਸੇ ਸਿਲਸਿਲੇ ਵਿੱਚ ਅਸੀਂ ਇੱਥੇ 42 ਸੈਕਟਰ ਚੰਡੀਗੜ੍ਹ ਦੀ ਲੇਕ ਦੇ ਇਸ ਸਥਾਨ ਦੇ ਉੱਤੇ ਬਾਕਾਇਦਾ ਲੋਕਾਂ ਨੂੰ ਇਕੱਠਿਆਂ ਕਰਕੇ ਪੰਜਾਬੀ ਲੋਕ ਨਾਚਾਂ ਦੀ ਜਿਹੜੀ ਪ੍ਰਸ਼ਿਕਸ਼ਣ, ਜਿਹਨੂੰ ਆਪਾਂ ਕਹਿੰਦੇ ਹਾਂ ਟ੍ਰੇਨਿੰਗ, ਉਹ ਦੇਈਦੀ ਆ ਉਹਨਾਂ ਨੂੰ ਨਾਲ ਜੋੜੀਦਾ। ਮੈਂ ਤਾਂ ਪਹਿਲਾਂ ਬਹੁਤ ਸੰਗਦਾ ਹੁੰਦਾ ਸੀ ਭੰਗੜੇ ਤੋਂ, ਜਿੱਦਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਸੇ ਨੇ ਕਹਿਣਾ ਭੰਗੜਾ ਪਾ ਤਾਂ ਮੈਨੂੰ ਮਤਲਬ ਬਹੁਤ ਸ਼ਰਮ ਆਉਂਦੀ ਸੀ ਕਿ ਮਤਲਬ ਕਦੇ ਕੀਤਾ ਨਹੀਂ ਸੀ ਇਹ ਕੰਮ, ਅਤੇ ਫਿਰ ਇਹਨਾਂ ਨੇ ਸਹਿਜ ਸਹਿਜ ਮੈਨੂੰ ਨਾਲ ਆਇਆ ਅਤੇ ਆਪਾਂ ਮਤਲਬ ਅੱਜ ਕੱਲ੍ਹ ਬਹੁਤ ਕਿਰਪਾ ਮਹਾਰਾਜ ਦੀ ਇਹਨਾਂ ਨਾਮ ਮਤਲਬ ਸਟੇਜਾਂ ਦੇ ਉੱਤੇ ਪਰਫੋਰਮੈਂਸ ਕਰਦੇ, ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਈਦਾ। ਇੱਥੇ ਆਣ ਕੇ ਆਪਣੇ ਗਰੁੱਪ ਦੇ ਵਿੱਚ ਜੁੜੇ, ਆਪਣਾ ਗਰੁੱਪ ਇੱਕ ਇੰਨਾ ਵਧੀਆ ਪਰਿਵਾਰ ਬਣ ਗਿਆ ਮਤਲਬ ਜਿਹਦੇ ਵਿੱਚੋਂ ਆਪਾਂ ਨੂੰ ਹਰ ਤਰ੍ਹਾਂ ਦੀ ਮਤਲਬ ਐਨਰਜੀ ਮਿਲਦੀ ਹੈ। ਮੇਰੀ ਨਾ ਬਾਈਪਾਸ ਸਰਜਰੀ ਹੋਈ ਹੋਈ ਆ ਹਾਰਟ ਦੀ, ਤਾਂ ਅਤੇ ਇੱਥੇ ਆ ਕੇ ਮੈਂ ਪਹਿਲੇ ਬੜਾ ਹੌਲੀ ਹੌਲੀ ਤੁਰਦਾ ਸੀ ਸਭ ਕੁਝ, ਇੱਥੇ ਦੇਖਿਆ ਅਤੇ ਇੱਥੇ ਬਹੁਤ ਐਨਰਜੈਟਿਕ ਮਤਲਬ ਹੋਇਆ, ਡਾਂਸ ਹੋਇਆ ਹੁੰਦਾ ਸੀਗਾ, ਭੰਗੜਾ ਪੈਂਦਾ ਸੀਗਾ, ਅਤੇ ਮੈਂ ਵੀ ਫਿਰ ਕਰਨ ਲੱਗ ਗਿਆ, ਮੈਨੂੰ ਵੀ ਬੜਾ ਅੱਛਾ ਲੱਗਣ ਲੱਗ ਗਿਆ। ਹੁਣ ਬਹੁਤ ਅੱਛਾ ਮਤਲਬ ਮੈਂ ਕਰ ਵੀ ਲੈਂਦਾ ਅਤੇ ਬਗੈਰ ਉਸ ਕੋਈ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਬਾਈਪਾਸ ਸਰਜਰੀ ਹੋਈ। ਹੁਣ ਆਪਾਂ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਹਾਂ, ਸਵੇਰੇ ਆ ਕੇ ਫਰੈਸ਼ ਹੋ ਜਾਈਦਾ, ਸਾਰੇ ਅੱਛੇ ਅੱਛੇ ਬੰਦੇ ਮਿਲਦੇ ਆ, ਮਿਲ ਕੇ ਉਹਨਾਂ ਦੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰੀਦੀਆਂ, ਕਿਉਂਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਹਰ ਬੰਦਾ ਇੰਨਾ ਬਿਜ਼ੀ ਆ ਕਿ ਉਹਨੂੰ ਟਾਈਮ ਹੀ ਹੈ ਨਹੀਂ ਕਿਸੇ ਦੇ ਕੋਲ ਮਿਲਣ ਦਾ। ਜਦੋਂ ਅਸੀਂ ਸਵੇਰ ਨੂੰ ਮਿਲ ਕੇ ਜਾਂਦੇ ਹਾਂ ਅਸੀਂ ਸਾਰਾ ਦਿਨ ਫਰੈਸ਼ ਰਹਿੰਦੇ ਹਾਂ, ਅਤੇ ਮੈਂ ਬੇਸਿਕਲੀ ਇਹਨਾਂ ਦੇ ਨਾਲ ਬੋਲੀਆਂ ਪਾਉਣਾ ਗਰੁੱਪ ਦੇ ਨਾਲ, ਅਤੇ ਡਾਂਸ ਵੀ ਕਰਦਾ, ਬਟ ਮੈਂ ਹੁਣ ਅੱਜ ਕੱਲ੍ਹ ਇਹਨਾਂ ਦੇ ਨਾਲ ਬੋਲੀਆਂ ਦੇ ਨਾਲ ਹੀ ਸਾਥ ਦੇ ਰਿਹਾ। ਮੈਨੇ ਇੰਸਟਾਗ੍ਰਾਮ ਪੇ ਦੇਖਾ ਥਾ ਯੇ ਕਿ ਯਹਾਂ ਪੇ ਸਭ ਸਾਰੇ ਲੋਕ ਮਿਲਕਰ ਐਸੇ ਫੋਕ ਡਾਂਸ ਕਰਤੇ ਹੈ, ਔਰ ਤੋ ਉਸੀ ਕੇ ਥਰੂ ਮੁਝੇ ਪਤਾ ਚਲਾ, ਔਰ ਫਿਰ ਮੈਨੇ ਵੀ ਡਿਸਾਈਡ ਕੀਆ ਕਿ ਐਟਲੀਸਟ ਯਹਾਂ ਰਹਿ ਰਹੇ ਹੈ ਪੰਜਾਬ ਮੇਂ, ਵੈਸੇ ਤੋ ਯੂਪੀ ਕੇ ਹੈ ਲੇਕਿਨ ਫਿਰ ਯਹਾਂ ਰਹਿ ਰਹੇ ਹੈ ਤੋ ਯਹਾਂ ਸੇ ਕੁਛ ਤੋ ਸਿੱਖ ਕਰ ਜਾਣਾ ਹੀ ਚਾਹੀਏ, ਐਟਲੀਸਟ ਫੋਕ ਡਾਂਸ ਜੋ ਇੰਡੀਆ ਕਾ ਹੋਤਾ ਹੈ, ਵੈਸੇ ਵੀ ਚੀਜ਼ੇ ਫੋਕ ਡਾਂਸ ਔਰ ਯੇ ਸਾਰੀ ਚੀਜ਼ੇ ਤੋ ਅਭੀ ਧੀਰੇ ਧੀਰੇ ਖਤਮ ਹੀ ਹੋ ਰਹੀ ਹੈ, ਤੋ ਅਬ ਹਮ ਨੈਕਸਟ ਜਨਰੇਸ਼ਨ ਹੈ ਤੋ ਹਮੇ ਥੋੜ੍ਹੀ ਸਿੱਖ ਕਰ ਔਰ ਇਸਕੋ ਆਗੇ ਬੜਾਨੇ ਕੀ ਕੋਸ਼ਿਸ਼ ਕਰਨੀ ਚਾਹੀਏ। ਕੋਨਫੀਡੈਂਸ ਬਿਲਡ ਹੋਇਆ ਹੈ, ਮਤਲਬ ਐਸੇ ਪਬਲਿਕਲੀ ਮੁਝੇ ਕਨਵਰਸੇਸ਼ਨ ਕਰਨੇ ਮੇਂ ਯਾ ਫਿਰ ਥੋੜ੍ਹਾ ਸਾ ਇਹ ਸਭ ਚੀਜ਼ੋ ਮੇਂ ਥੋੜ੍ਹੀ ਦਿੱਕਤ ਥੀ, ਲੇਕਿਨ ਅਭੀ ਲਗਤਾ ਹੈ ਕਿ ਹਾਂ ਕਾਫੀ ਇੰਪਰੂਵ ਹੋਇਆ ਹੈ। ਮੇਰਾ ਜੋ ਪ੍ਰੋਫੈਸ਼ਨ ਮੈਂ ਦੇਖਦਾ ਹੋਸਪਿਟਲਾਂ ਦੇ ਵਿੱਚ ਕਿ ਬੇਚਾਰੇ ਲਾਚਾਰ ਹੈਗੇ ਆ ਮਰੀਜ਼, ਅਤੇ ਇੱਥੇ ਆ ਕੇ ਜਦੋਂ ਮੈਂ ਦੇਖਿਆ ਹਰ ਕੋਈ ਫਿੱਟ, 73 ਸਾਲ ਦੇ ਆਪਣੇ ਸਿੱਧੂ ਸਾਹਿਬ ਇੰਨੇ ਫਿੱਟ, ਇੰਨੇ ਐਨਰਜੈਟਿਕ, ਅਤੇ ਇਹ ਸਾਰੀ ਮੈਨੂੰ ਮੋਟੀਵੇਸ਼ਨ ਮਿਲੀ ਇਹਨਾਂ ਨਾਲੋਂ,
ਅਤੇ ਮੇਰੇ ਅੰਦਰ ਚੇਂਜ ਇਹ ਆਈ ਹੈ ਜਦੋਂ ਮੈਂ ਆਪਣੇ ਕੰਮ ਲਈ ਜਾਂਦਾ ਫੀਲਡ ਦੇ ਵਿੱਚ ਤਾਂ ਪੂਰਾ ਐਨਰਜੈਟਿਕ ਰਹਿੰਦਾ, ਪੂਰਾ ਦਿਲ ਮਤਲਬ ਖੁਸ਼ ਹੋ ਕੇ ਨਿਕਲਦਾ ਮੇਰਾ ਦਿਨ।